वेलकम माय डियर स्टूडेंट्स बेटा जी नया आप पेपर फिफ्थ मैथमेटिक्स से नेक्स्ट क्वेश्चन कर चु कर रहे हैं पहले एटीन क्वेश्चन मैं अपलोड कर चुकी हाँ बेटा जी अच्छा नाइनटीन क्वेश्चन स्टार्ट करना है, है चलो देखो बेटा आप स्टार्ट करते हैं नाइनटीन क्वेश्चन है एक डंडे पछावे की लंबाई अनुपात एक अनुपात तीन है सूरज द उचाण कौन है ਦ ਰੇਸ਼ੋ ਆਫ ਲੈਂਥ ਆਫ ਰੋਡ ਐਂਡ ਇਟਸ ਸ਼ੈਡੋ ਠੀਕ ਹੈ ਤੁਹਾਨੂੰ ਗੀਵਨ ਆ ਬੇਟਾ ਆਪਾਂ ਐਂਗਲ ਆਫ ਇਲੀਵੇਸ਼ਨ ਆਫ ਸਨ ਫਾਈਂਡ ਆਊਟ ਕਰਨਾ ਆ ਦੇਖੋ ਬੇਟਾ ਟ੍ਰਾਇੰਗਲ ਆ ਜਿਵੇਂ A B C ਠੀਕ ਹੈ ਆਪਾਂ ਰੇਸ਼ੋ ਗੀਵਨ ਆ ਡੰਡੇ ਮੀਨਸ AB ਲੈਂਥ ਆਫ ਰੋਡ ਪਰਸ਼ਾਮਾ ਮੀਨਸ BC ਇਹਨਾਂ ਦੋਨਾਂ ਰੇਸ਼ੋ ਕਿੰਨੀ ਆ 1/√3 ਠੀਕ ਹੈ ਉਚਾਨ ਕੋਣ ਮੀਨਸ ਦਿਸ 1 ਇਨ ਪਾ θ ਮੰਨ ਲਨੇ ਆ ਇਹ ਆਪਾਂ ਨੇ ਕੈਲਕੂਲੇਟ ਕਰਨਾ ਆ ਹੁਣ ਦੇਖ ਬੇਟਾ AB ਕੀ ਆਪਣੇ ਕੋਲ ਪਰਪੈਂਡੀਕੂਲਰ ਲੰਬ BC ਕੀ ਆਪਣੇ ਕੋਲ ਬੇਸ ਠੀਕ ਹੈ ਆਧਾਰ ਲੰਬ ਵਟਾ ਆਧਾਰ ਕੀ ਦਾ ਫਾਰਮੂਲਾ ਹੁੰਦਾ ਬੇਟਾ ਜੀ tan θ ਦਾ tan θ ਬਣ ਗਿਆ ਆਪਣੇ ਕੋਲ 1 √3 ਕਿੰਨੇ tan ਦੀ ਕੀਮਤ 1 √3 ਹੁੰਦੀ ਆ tan 30 ਦੀ ਠੀਕ ਹੈ tan 10 इक्विड ਕਰ ਲੋ ਇਟ ਮੀਨਸ θ ਕਿੰਨਾ ਆ ਗਿਆ ਆਪਣੇ ਕੋਲ 30° ਠੀਕ ਹੈ ਬੇਟਾ ਕੇਰੀ ਆਪਸ਼ਨ ਆ ਗਈ ਦੇਖੋ ਫਰਸਟ ਵਨ ਠੀਕ ਹੈ ਨੈਕਸਟ ਦੇਖੋ ਦਿੱਤੇ ਚਿੱਤਰ ਵਿੱਚ ਇੱਕ ਬਾਹਰੀ ਬਿੰਦੂ P ਤੋਂ O ਕੇਂਦਰ ਵਾਲੇ ਚੱਕਰ ਤੇ ਦੋ स्पर्ਸ਼ਕਾਵਾ PA ਅਤੇ PB ਹੈ ਠੀਕ ਹੈ ਜੇਕਰ CD ਕਿਸੇ ਚੱਕਰ ਦੇ ਬਿੰਦੂ E ਤੇ स्पर्ਸ਼ਿਕ ਹੈ ਅਤੇ PA 14 ਸੈਂਟੀਮੀਟਰ ਹੋਵੇ ਦਾ ਪੀ ਸੀ ਡੀ ਪਤਾ ਕਰੋ ਠੀਕ ਹੈ ਪੀ ਸੀ ਡੀ ਮੀਨਸ ਘੇਰਾ ट्रायंगल ਪੀ ਸੀ ਡੀ ਦਾ ਆਪਣੇ ਫਾਈਂਡ ਆਊਟ ਕਰਨਾ ਹੈ ਘੇਰਾ ਮੀਨਸ ਪਰਿਮੀਟਰ ਠੀਕ ਹੈ ਬੇਟਾ ਆਪਾਂ ਸਭ ਇੱਕ ਚੀਜ਼ ਦਿੱਤੀ ਹੋਈ ਹੈ ਇਹਨਾਂ ਨੇ ਪੀ ਐ ਕਿੰਨੇ ਆਪਣੇ ਕੋਲ 14 ਮੀਟਰ ਦੇਖੋ ਆਪਾਂ ਕਿੱਦਾਂ ਕਰਦੇ ਆਂ ਇਹ ਹੈਗੀ ਆਪਣੇ ਕੋਲ 14 ਮੀਟਰ ਦੇਖ ਬੇਟਾ ਆਪਣੇ ਕੋਲ ਹੈ ਆਪਣੇ ਕੋਲ ਫਾਰਮੂਲਾ ਹੁੰਦਾ ਉਹਨ ਦਾ ਵੈਸੇ ਵੀ ਚਲੋ ਤੁਹਾਨੂੰ ਪ੍ਰੂਫ ਕਰਵਾ ਦਨੀ ਹੈ ਆਪਾਂ ਨੂੰ ਪਤਾ ਬਾਹਰੀ ਬਿੰਦੂ ਤੋਂ ਖਿੱਚੇ ਸਪर्श ਰੇਖਾਂ ਦੀ ਲੰਬਾਈ ਕੀ ਹੁੰਦੀ ਆ ਬਰਾਬਰ ਲੈਂਥ ਆਫ ਟੈਂਜੈਂਟਸ ਡ੍ਰਾਨ ਫਰਮ ਐਨ ਐਕਸਟਰਨਲ ਪੁਆਇੰਟ ਇਜ਼ ਇਕੁਅਲ ਮੀਨਸ ਪੀਏ ਕਿਹਦੇ ਬਰਾਬਰ ਹੁੰਦੀ ਹੈ ਬੇਟਾ ਪੀਬੀ ਦੇ ਇਸੇ ਤਰ੍ਹਾਂ ਬੇਟਾ ਸੀਏ ਕਿਹਦੇ ਬਰਾਬਰ ਆ ਸੀਈ ਦੇ ਠੀਕ ਹੈ ਕਿਉਂਕਿ ਇਹ ਵੀ ਲੈਂਥ ਆਫ ਟੈਂਜੈਂਟ ਆ ਸੀ ਕੀ ਆਪਣੇ ਕੋਲ ਐਕਸਟਰਨਲ ਪੁਆਇੰਟ ਇੱਦੀ ਬੇਟਾ ਡੀ डी ई किल अपने को बी डी दे ठीक है अपने फाइंड आउट की करना बेटा जी पैरीमीटर ऑफ ट्रैएंगल पी सी डी का ठीक है परिमाप हूँ देखो पैरीमीटर ऑफ पैरीमीटर मीनस परिमाप ऑफ ट्रैएंगल पी सी डी का कि बराबर आओ बेटा जी पी सी प्लस सी डी प्लस डी पी हम देखो पी सी प्लस सी डी सी डी को ब्रेक कर सकते हैं किमें सी ई प्लस ई डी पी सी सी डी ब्रेक कर लिया आपने सी ई पलस ईडी प्लस डी पी ठीक है हम देखो पी सी प्लस सी ई ठीक है Plus +DE plus +DP ਹੁ ਦੇਖੋ ਜਿਹੜੀ CE ਆ ਉਹ ਕਿਹਦੇ ਬਰਾਬਰ ਆ ਆਪਣੇ ਕੋਲ CA ਦੇ ਆਪਾਂ ਲਿਖ ਸਕਦੇ ਆ PC CA ਇਦਾਂ ਜਿਹੜੀ ED ਆ DE ਉਹ ਕਿਹਦੇ ਬਰਾਬਰ ਆ DB ਦੇ ਇਹ ਬਣ ਗਿਆ ਆਪਣੇ ਕੋਲ DB DP ਠੀਕ ਹੈ ਨੈਕਸਟ ਦੇਖੋ PC CA PC प्लस सी ए बन गई अपने को सारी पी ए जी प्लस डी पी प्लस डी पी डी बी प्लस डी पी ये सारे की बन गए अपने कोल पी बी हम देखो ए पी ए पी अपने को किोटीन सेंटीमीटर ठीक है पी बी ए भी कि बेटा फोर्टीन आ भी कि अपने को फोटीन फोटीन प्लस फोर्टीन ਕਿੰਨੇ ਬਣ ਗਿਆ ਆਪਣੇ ਕੋਲ 28 ਸੈਂਟੀਮੀਟਰ ਸੈਂਟੀਮੀਟਰ ਦਾ ਬੇਟਾ ਸੈਂਟੀਮੀਟਰ ਲਿਖ ਲਓ ਮੀਟਰ ਆਤਾ ਮੀਟਰ ਲਿਖ ਲਓ ਦੇਖੋ ਆਪਸ਼ਨ ਚ ਕੀ ਆਨਸਰ ਆ ਆਪਣੇ ਕੋਲ ਸੈਂਟੀਮੀਟਰ 28 ਸੈਂਟੀਮੀਟਰ ਨਕਸ਼ ਦੇਖੋ ਚਿੱਤਰ ਵਿੱਚ ਚੱਕਰ ਇੱਕ ਚਤ੍ਰਪੂਜ ए बी सी डी ਸਾਰੇ ਬਿੰਦੂਆਂ ਨੂੰ ਛੂੰਦਾ ਹੈ ਜਿਸ ਦੀਆਂ ਤਿੰਨ ਭੁਜਾਵਾਂ ए बी बी सी ी हन ए डी पता करो इनका फिगर द सर्कल टच आल द साइड्स ऑफ द क्वारलेटल ए बी सी डी हू थ्री साइड ए बी सिक्स सेंटीमीटर बीसी सैवन सेंटीमीटर सीडी फोर सेंटीमीटर फाइंड ए डी एडी अपने फाइंड आउट करनी है देखो अपन गिवन की कुछ एक अपने को बी आ सॉरी कि अपने कोेंटीमीटर ਠੀਕ ਹੈ a ਕਿਹਾ ਗਿਆ bc a ਕਿਨੇ ਆਪਣੇ ਕੋਲ 7 ਸੈਂਟੀਮੀਟਰ a ਕਿਹਾ ਗਿਆ cd 4 ਸੈਂਟੀਮੀਟਰ ad ਆਪਾਂ ਨੇ ਫਾਈਂਡ ਆਊਟ ਕਰਨਾ ਆਪਣੇ ਕੋਲ ਫਾਰਮੂਲਾ ਹੁੰਦਾ ਬੇਟਾ ਆਪਾਂ 10th ਚੈਪਟਰ ਚ 10.2 ਐਕਸਰਸਾਈਜ਼ ਦਾ ਕੁਐਸਚਨ ਹੈ ਇਹ ਉਹ ਚ ਆਪਾਂ ਪ੍ਰੂਫ ਕਰਨਾ ਹੁੰਦਾ ਵੈਰੀ ਇੰਪੋਰਟੈਂਟ ਕੁਐਸਚਨ ਆ ਵੇਸੇ 10th ਚੈਪਟਰ ਦਾ ਹੈ ਆਪਣੇ ਕੋਲ ਜਿਹੜੇ ਰਿਲੇਸ਼ਨਸ਼ਿਪ ਹੁੰਦੀ ਆ ab ਪਲੱਸ ए बी प्लस डीसी इजिकल टू बी सी प्लस ए टी प्रूफ वाला क्वेश्चन है बेटा टेंथ पॉइंट टू एक्सरसाइज मोस्ट इंपोर्टेंट क्वेश्चन है इनू तुम एज ए प्रूफ याद रखो ठीक है इसे वैल्यूज़ इस पुट करो हूँ देखो ए टी ए बी कि अपने को सिक्स सेंटीमीटर सी कि अपने को फोर बी सी कि अपने को सैवन ਏਡੀ ਆਪਾਂ ਨੇ ਕੈਕਕੂਲੇਟ ਕਰਨੀ ਹੈ ਠੀਕ ਹੈ 6 4, 4 10 7 ਇਦਾਂ ਕਿ ਮਾਈਨਸ ਹੋ ਜਾਣਗੇ ਇਕੁਅਲ ਟੂ 80 10 7 ਕਿੰਨੇ ਬਣ ਗਏ 3 ਜਾਂਦੀ ਏਡੀ ਦੀ ਵੈਲਿਊ ਕਿੰਨੀ ਆ ਗਈ ਆਪਣੇ ਕੋਲ 3 ਸੈਂਟੀਮੀਟਰ ਦੇਖੋ ਆਪਸ਼ਨ ਦੇ ਵਿੱਚ ਕਿਹੜਾ ਆਨਸਰ ਹੈ ਆਪਣਾ ਸੈਕਿੰਡ ਵਨ ਕਲੀਅਰ ਹੋ ਗਿਆ ਨੈਕਸਟ ਦੇਖੋ ਪਹਿਲੀਆਂ 15 ਜਿਸਤ ਪ੍ਰਾਕ੍ਰਿਤਿਕ ਸੰਖਿਆਵਾਂ ਦਾ ਮੱਧਮਨ ਪਤਾ ਕਰੋ find the mean of first five even natural now 15 even natural numbers dekho beta even natural number kede hunde ne two the table te 2 4 6 8 10 eh apan ne 15 lende ne theek hai apne kol mean madhyaman da ki formula hunda ankdeyan da, da jod sum of data's theek hai main summation x na lik leya divided by number of data's ankdeyan di ginti ਉਹਦੇ ਕਸਮਿਸ਼ਨ ਦਾ ਸੌਖਾ ਤਰੀਕਾ ਦੱਸ ਦੇ ਬੇਟਾ ਕਿਥੇ ਤੁਸੀਂ 15 ਈਵਨ ਨੰਬਰਸ ਲਿਖੋਗੇ ਠੀਕ ਹੈ ਫਿਰ ਐਡ ਅਪ ਕਰੋਗੇ ਕਿਉਂਕਿ ਇੱਕ ਆਪਣੇ ਕੋਲ ਏਪੀ ਸੀਕੁਐਂਸ ਬਣ ਗਿਆ ਆਪਾਂ ਏਪੀ ਦਾ ਨੂੰ ਕੈਕਕੂਲੇਟ ਕਰ ਸਕਦੇ ਹਾਂ ਜਿੰਨੇ ਮਰਜ਼ੀ ਨੰਬਰਸ ਹੋਣ ਦੇਖੋ ਇਹ ਚ ਏ ਕਿੰਨਾ ਆ ਗਿਆ ਆਪਣੇ ਕੋਲ 2 2 ਡੀ ਕਿੰਨਾ ਆ ਗਿਆ ਆਪਣੇ ਕੋਲ 2 ਸਾਂਝਾ ਅੰਤਰ 4 2 ਕਿੰਨੇ ਨੰਬਰਸ ਦਾ ਕੱਢਣਾ ਆਪਾਂ ਨੇ 15 ਠੀਕ ਹੈ ਐਸ ਐਨ ਦਾ ਫਾਰਮੂਲਾ ਕੀ ਹੁੰਦਾ ਆਪਣੇ ਕੋਲ n 2 2a एन माइनस वन इन टू डी ए वैली स्पुट कर दो एन किीन बाय टू प्लस टू ए कि टू प्लस फिफ्टीन माइनस वन इंटू डी डी कि अपने को बन गया अपने को फिफ्टीन बाय टू टू न टू ना किता बेटा जी फोर फिफ्टीन च बन गए फोर्टीन फोटीन टू ना किता बेटा ट्वेंटी एट ਇਹ ਬਣ ਗਿਆ 15/2 28 ਦੇ ਵਿੱਚ 4 ਐਡ ਕੀਤੇ ਕਿੰਨਾ ਬਣ ਗਿਆ ਆਪਣੇ ਕੋਲ 32 ਇਹ ਕੈਨਸਲ ਆਊਟ ਹੋ ਗਿਆ ਕਿੰਨਾ ਆ ਗਿਆ 16 16 ਨੂੰ 15 ਨਾਲ ਮਲਟੀਪਲਾਈ ਕਰਕੇ ਆਪਣੇ ਕੋਲ ਕਿੰਨਾ ਆ ਗਿਆ 240 ਠੀਕ ਹੈ ਇਹ ਚ ਵੈਲੀ ਪੁੱਟ ਕਰ ਦਿਓ ਸਬਮਿਸ਼ਨ ਐਕਸ ਕਿੰਨਾ ਆ ਗਿਆ ਆਪਣੇ ਕੋਲ 240 ਕਿੰਨੇ ਕਿੰਨੇ ਡਾਟਾ ਸੀਗੇ ਆਪਣੇ ਕੋਲ 15 ਠੀਕ ਹੈ ਇਹਨੂੰ 15 ਦੇ ਡਿਵਾਈਡ ਕਰੋ ਆਪਣਾ ਅਨਸਰ ਆ ਗਿਆ 60 ਮੀਨ ਕਿੰਨਾ ਆ ਗਿਆ ਆਪਣੇ ਕੋਲ 16 ਦੇਖੋ অপশন ਦੇ ਵਿੱਚ ਸੈਕਿੰਡ ਪੁਆਇੰਟ ਨੈਕਸਟ ਦੇਖੋ ਇੱਕ ਤ੍ਰਿਪਜ ਬਣਾਉਣ ਲਈ ਸਾਨੂੰ ਘੱਟੋ ਘੱਟ ਇਸ ਦੇ ਕਿੰਨੇ ਭਾਗ ਪਤਾ ਹੋਣੇ ਚਾਹੀਦੇ ਹਨ ਟੂ ਕਨਸਟਰਕਟ ਅ ਟ੍ਰਾਇੰਗਲ ਵੀ ਮਸਟ ਨੋ ਐਟ ਲੀਸਟ ਇਟਸ ਡੈਸ਼ ਪੇਅਰਸ ਦੇਖੋ ਬੇਟਾ ਜੇ ਤਾਂ ਆਪਾਂ ਰਾਈਟ ਐਂਗਲ ਟ੍ਰਾਇੰਗਲ ਲੈਣੇ ਆ ਠੀਕ ਹੈ ਤਾਂ ਆਪਾਂ ਸਿਰਫ ਟੂ ਸਾਈਡਸ ਦੀ ਚਾਹੀਦੀ ਹੋਣਗੀਆਂ ਇਹਦੀਆਂ ਠੀਕ ਹੈ ਥਿਸ ਵਨ ਔਰ ਥਿਸ ਵਨ ਮੀਨਸ ਟੂ ਡਾਈਮੈਂਸ਼ਨਸ ਹੋ ਗਈਆਂ ਟੂ ਪਾਰਟ ਚਾਹੀਦੇ ਨੇ ਜੇ ਆਪਣੇ ਕੋਲ ਇਕੁਇਲੈਟਰਲ ਟ੍ਰਾਇੰਗਲ ਹੋਵੇ ਫਿਰ ਆਪਾਂ ਸਿਰਫ ਇੱਕ ਪਾਰਟ ਚਾਹੀਦਾ ਠੀਕ ਹੈ ਜੇ ਆਪਾਂ ਨੂੰ ਕੁਝ ਵੀ ਨਾ ਪਤਾ ਹੋਵੇ ਟ੍ਰਾਇੰਗਲ ਦਾ ਤਾਂ ਆਪਾਂ ਨੂੰ ਕਿੰਨੇ ਚਾਹੀਦੇ ਨੇ 3 ਪਾਰਟਸ ਆਪਾਂ ਇਨ ਜਨਰਲ ਟ੍ਰਾਇੰਗਲ ਲੈ ਲੈਂਦੇ ਆ ਕਿਉਂਕਿ ਨਾਲ ਰਾਈਟ ਐਂਗਲ ਟ੍ਰਾਇੰਗਲ ਡਰਾ ਕਰ ਸਕਦੇ ਆ ਠੀਕ ਹੈ ਤਾਂ ਆਪਾਂ ਇਨ ਜਨਰਲ ਬਟਾ ਆਪਣੇ ਕੋਲ ਘੱਟੋ ਘੱਟ ਟੂ ਪਾਰਟਸ ਜ਼ਰੂਰ ਚਾਹੀਦੇ ਨੇ ਕੋਈ ਨਾ ਕੋਈ ਟ੍ਰਾਇੰਗਲ ਡਰਾ ਕਰਨ ਦੇ ਲਈ ਠੀਕ ਹੈ ਆਪਣਾ ਅਨਸਰ ਆ ਗਿਆ 2 ਨਕਸ਼ ਦੇਖੋ ਇੱਕ ਤ੍ਰਿਭੁਜ ਬਣਾਉਣਾ ਸੰਭਵ ਨਹੀਂ ਹੈ ਜੇ ਕੰਸਟਰਕਸ਼ਨ ਆਫ ਅ ਟ੍ਰਾਇੰਗਲ ਇਜ਼ ਨਾਟ ਪੋਸੀਬਲ ਇਫ ਇਹ ਯਾਦ ਰੱਖਿਓ ਕੋਈ ਵੀ ਟ੍ਰਾਇੰਗਲ ਆ ABC ਉਹ ਉਦੋਂ ਪੋਸੀਬਲ ਹੁੰਦੀ ਆ ਜਦੋਂ ਦੋ ਪੁਜਾਵਾਂ ਦਾ ਜੋੜ ਕੋਈ ਮਰਜ਼ੀ ਦੋ ਪੁਜਾਵਾਂ ਦਾ ਜੋੜ ਆਪਾਂ ਸਮਾਲਰ ਸਾਈਡਸ ਲੈ ਰਹੇ ਹੰਨੇ ਆ AB BC ਗ੍ਰੇਟਰ ਹੋਵੇ ਥਰਡ ਸਾਈਡ ਨਾਲੋਂ ਠੀਕ ਹੈ ਕੋਈ ਵੀ ਦੋ ਛੋਟੇ ਪੁਜਾਵਾ ਜੋੜਾ ਉਹ ਤੀਸਰੀ ਪੁਜਾਨਾ ਨੂੰ ਕੀ ਹੋਣਾ ਚਾਹੀਦਾ ਵੱਡਾ ਜੇ ਬਰਾਬਰ ਹੋਊਗਾ ਫੇਰ ਵੀ ਨਹੀਂ ਪੋਸੀਬਲ ਹੈ ਜੇ ਲੈਸ ਹੋਊਗਾ ਜੋੜ ਫੇਰ ਵੀ ਨਹੀਂ ਪੋਸੀਬਲ ਹੈ ਠੀਕ ਹੈ ਤਾਂ ਆਪਣਾ ਆਨਸਰ ਕੀ ਆਊਗਾ ਬੇਟਾ ਜੀ AB BC AC ਇਹ ਤਾਂ ਹੋ ਗਿਆ ਪੋਸੀਬਲ ਦਾ not ਪੋਸੀਬਲ ਚ ਕੀ ਆਊਗਾ ਸੰਭਵ ਨਹੀਂ ਫਸਟ ਆਪਸ਼ਨ ਵੀ ਆਊਗੀ ਸੈਕਿੰਡ ਆਪਸ਼ਨ ਵੀ ਆਊਗੀ ਮੀਨਸ ਥਰਡ ਆਪਸ਼ਨ ਠੀਕ ਹੈ 1 ਐਂਡ 2 ਦੋਨੋਂ ਨੈਕਸਟ ਦੇਖੋ ਇੱਕ ਗੋਦਾਮ ਦਾ ਮਾਪ 40 ਮੀਟਰ 30 ਮੀਟਰ 25 ਮੀਟਰ ਹੈ 1.5 ਮੀਟਰ 1.25 ਮੀਟਰ 0.5 ਮੀਟਰ ਦੇ ਵੱਤ ਵੱਦ ਲੱਕੜ ਦੇ ਕਿੰਨੇ ਬਕਸੇ ਗੋਦਾਮ ਵਿੱਚ ਸਟੋਰ ਕੀਤੇ ਜਾ ਸਕਦੇ ਹਨ ਇਹ ਗੋਡਾਉਨ ਮੀਜ਼ਰ 40 30 25 ਮੀਟਰ ਫਾਈਂਡ ਦਾ ਮੈਕਸਮਮ ਨੰਬਰ ਆਫ ਵੁੱਡਨ ਕ੍ਰੇਟਸ ਈਚ ਡਾਈਮੈਂਸ਼ਨਸ ਆਪਨ 기ਵਨ ਨੇ ਬੇਟਾ ਥੈਟ ਕੈਨ ਬੀ ਸਟੋਰਡ ਇਨ ਅ ਗੋਡਾਉਨ ਤਨ ਪਹਿਲਾਂ ਹੀ ਬਹੁਤ ਵਾਰ ਸਮਝਾਇਆ ਬੇਟਾ ਜੋ ਮੈਕਸਿਮਮ ਨੰਬਰ ਆਫ ਕ੍ਰੇਟਸ ਕੁਝ ਵੀ ਆਪਾਂ ਕਾਊਂਟਿੰਗ ਕਰਦੇ ਹਾਂ ਤਾਂ ਦੋਨੋਂ ਦੇ ਆਇਤਨ ਨੂੰ ਕੀ ਕਰਦੇ ਹਾਂ ਡਿਵਾਈਡ ਠੀਕ ਹੈ ਨੰਬਰ ਆਫ ਵੁੱਡਨ ਕ੍ਰੇਟਸ ਕਿੰਨੀਆਂ ਬਣਗੀਆਂ ਆਪ ਕੋ ਵੋਲਿਊਮ ਆਫ ਗੋਡਾਓਨ ਉਹਨੂੰ ਵੀ 1 ਮੰਨ ਲੈਣੇ ਆ ਵੋਲਿਊਮ ਆਫ 1 ਵੁੱਡਨ ਕ੍ਰੇਟ ਉਹਨੂੰ ਆਪਾਂ ਵੀ 2 ਮੰਨ ਲੈਣੇ ਆ ਠੀਕ ਹੈ ਵੋਲਿਊਮ ਕੀ ਬਣਗੇ ਬੇਟਾ ਕਯੂਬੋਇਡ ਲੈਂਥ ਬ੍ਰੈਡਥ ਤੇ ਹਾਈਟ ਆਪਾਂ ਨੂੰ 기ਵਨ ਕਨਾ ਬਣ ਗਿਆ ਕਿਨਾ ਆਪਦੇ volume ਦਾ ਕੀ ਫਾਰਮੂਲਾ ਹੁੰਦਾ l गुना, b गुना, h l गुना, b गुना, h ਵੈਲਿਜ਼ ਪੁੱਟ ਕਰ ਦਿਓ ਲੈਂਥ ਕਿੰਨੀ ਹੈ ਬੇਟਾ 40 ਬ੍ਰੈਥ ਕਿੰਨੀ ਹੈ 30 ਹਾਈਟ ਕਿੰਨੀ ਆਪਣੇ ਕੋਲ 25 volume ਆਫ ਗੋਡਾਉਨ volume ਆਫ 1 ਵੁੱਡਨ ਕ੍ਰੇਟ 1.5 1.25 0.5 चलो हूँ पॉइंट हटा दें आप बन गया फोर्टी इन थर्टी इंटू ट्वेंटी फाइव इतने इत फिफ्टीन पॉइंट हट के बेटा टेन उपर चलिया गया वन टू फाइव इंटू पॉइंट तो बाद किए दो हंड्रड इन फाइव नीचे इंटू टेन हूँ कैंसल आउट कर दो इन्हों बेटा फाइव एट जा जोटीन फिफ्टीन टू ज थर्टी ठीक है ट्वेंटी फाइव फाइव ने कितना, वन ट्वेंटी फाइव फाइव टू ज टेन बन गया अपने को मल्टीप्लाई करो थर्टी टू वन टू थ्री थर्टी टू थाउजेंड वुडन क्रेट्स अपने को आंसर आ गया देखो ऑप्शन केड़ा आंसर है ये फस्ट वन नेक्स्ट देखो ਜੇ ਸਿਲੰਡਰ ਦੇ ਆਧਾਰ ਦਾ ਅਰਧ ਵਿਆਸ ਅਤੇ ਉਚਾਈ ਹਰੇਕ 100% ਵਧ ਜਾਂਦੀ ਹੈ ਤਾਂ ਇਸ ਦਾ ਆਇਤਨ ਕਿੰਨੇ ਪ੍ਰਤੀਸ਼ਤ ਵੱਧ ਜਾਂਦਾ ਹੈ ਇਫ ਦਾ ਬੇਸ ਰੇਡੀਅਸ ਐਂਡ ਹਾਈਟ ਆਫ ਸਿਲੰਡਰ ਆਰ ਇਨਕਰੀਜ਼ਡ ਬਾਈ 100% ਦੈਨ ਇਟਸ ਵੋਲਿਊਮ ਵਿਲ ਬੀ ਇਨਕਰੀਜ਼ਡ ਬਾਈ ਆਪਾਂ ਨੇ ਇਹ ਦੱਸਣਾ ਹੈ ਨਾ ਵੋਲਿਊਮ ਹੋ ਕਿੰਨੇ ਪਰਸੈਂਟ ਇਨਕਰੀਜ਼ ਹੋ ਗਿਆ ਦੇਖੋ ਚਲੋ ਬੇਟਾ ਸਭ ਤੋਂ ਪਹਿਲਾਂ ਵੋਲਿਊਮ ਕਿੰਨਾ ਸੀਗਾ ਆਪਣੇ ਕੋਲ ਦੇਖੋ ਪਹਿਲਾਂ ਵੋਲਿਊਮ ਬਣ ਸੀਗਾ ਬੇਟਾ ਆਪਣੇ ਕੋਲ ਰੇਡੀਅਸ ਆਪਾਂ ਆਰ ਲੈ ਲਿਆ ਹਾਈਟ ਆਪਾਂ h ਲੈ ਲਈ ਤਾਂ ਵੋਲਿਊਮ v1 ਕਿੰਨਾ ਬਣ ਗਿਆ ਆਪਣੇ ਕੋਲ ਸਿਲੰਡਰ ਦਾ π r² h ਠੀਕ ਹੈ ਹੁਣ ਦੇਖੋ ਹਾਈਟ ਤੇ ਰੇਡੀਅਸ ਆ ਉਹ 100% ਇਨਕਰੀਸ ਕਰਤੀ ਨਵਾਂ ਕਿੰਨਾ ਬਣੂਗਾ ਉਹਨੂੰ ਚਲੋ ਆਪਾਂ r1 ਲਿਖ ਲੈਨੇ ਆ ਠੀਕ ਹੈ ਨਵਾਂ ਰੇਡੀਅਸ आर परसेंट इनक्रीज करता मीनस हंडरड बाई 100 इंटटू आर आर का हंड्रड परसेंट इनक्रीज हो गया यह कैंसल आउट हो गया कि आ गया अपने को आर प्लस आर टू आर ए हाइट आंडरड परसेंट इनक्रीज होगी एच प्लस हंड्रड बाय हंड्रड इन टू एच एच प्लस एच कि बन गया अपने को वॉल्यूम कि बन गया वी टू कि इनक्रीज़ हो गया देखो ਨਵਾਂ ਵੋਲੀਅਮ a ਬਣ ਗਿਆ ਪਾਈ ਹੁਣ r ਕਿੰਨੀ ਬਣ ਗਈ 2r ਠੀਕ ਹੈ 2r ਦਾ ਸਕੁਅਰ h ਕਿੰਨੀ ਬਣ ਗਈ ਆਪਣੇ ਕੋਲ 2h 2 ਦਾ ਸਕੁਅਰ 4 4 ਨੂੰ 2 ਨਾਲ ਕੀਤਾ ਬੇਟਾ 8 a ਬਣ ਗਿਆ 8 π r² h ਹੁਣ ਇਨਕਰੀਸ ਕਿੰਨਾ ਹੋ ਗਿਆ ਵਧਿਆ ਕਿੰਨਾ ਆ ਤਾਂ ਆਪਾਂ ਡਿਫਰੈਂਸ ਕਰਾਂਗੇ 8 π r2h πr2h ਕਰੋ ਬੇਟਾ 8 ਚੋਂ 1 ਗਏ ਕਿੰਨਾ ਆ ਗਿਆ ਆਪਣੇ ਕੋਲ 7πr2h ਹੁਣ ਆਪਾਂ ਨੇ ਪਰਸੈਂਟੇਜ ਕੈਕੂਲੇਟ ਕਰਨੀ ਆ ਉਹ ਕਿਵੇਂ ਕੱਢਾਂਗੇ ਆਪਾਂ ਜਿੰਨਾ ਇਨਕਰੀਜ਼ ਹੋਇਆ 7πr2h ਡਿਵਾਈਡਿਡ ਬਾਈ ਜਿੰਨਾ ਪਹਿਲਾਂ ਸੀ πr2h ਇੰਟੂ 100 ठीक है ये कैंसल आउट हो गया सैवन इन टू हंड्रड कि बन गया अपने को सैवन हंड्रड परसेंट ठीक है सत सौ परसेंट ओ इनक्रीज हो गया देखो ऑप्शन केंसर अपना थर्ड वन नैक्सट है बेटा अपने को फोर फ्रिकुएंसी डिस्ट्रीब्यूशन मीन मीडियम तो मॉड की अपन रिलेन कैलकुलेट करनी है अपने को रिश्त कि बेटा मॉड इज इक्वल टू थ्री मीडियन माइनस टू मीन मॉड इज इक्वल टू थ्री मीडियन माइनस टू मीन थर्ड ऑप्शन ठीक है बहुलक बराबर तीन मध्या माइनस दो मध्यमान नैक्सट देखो वेट ऑफ फोर्टी इज आर रिकॉर्ड एज गिवन बिलो द लोअर लिमिट ऑफ द मीडियन क्लास मीडियन क्लास की अपन लोअर लिमिट ऑफ फाइंड आउट करनी है मीडियन क्लास मध्यका वर्ग किमें कैलकुलेट करते हैं आप कचवी बारम्बारा कैलकुलेट करके देखो एड एड कर करके करो पहली कि गए टेन टैन च ट्वैल्व एड किए किन्ने आ गए अपने को ट्वेंटी टू ट्वेंटी टू दे ट्वैल्व एड किए कि आ गया थर्टी फोर थर्टी फोर के फोर ऐड किए ठीक है अगर एड करी जाओ किन्ना आ गया थर्टी एट थर्टी एट च टू एड कि फोर्टी ए टोटल भी करोंगे बेटा थोड़ा एन कि होगा अपने को फोर्टी ਮੀਡੀਅਨ ਕਿਵੇਂ ਕੱਢਦੇ ਹੁੰਨੇ ਆ ਪਹਿਲਾਂ ਆਪਾਂ n 2 ਕੈਕੂਲੇਟ ਕਰਦੇ ਹੁੰਨੇ ਆ ਕਿੰਨਾ ਆ ਗਿਆ 40 2 ਮੀਨਸ 20th ਟਰਮ ਠੀਕ ਹੈ ਹੁਣ ਦੇਖੋ 20th ਪਹਿਲੀ ਗ੍ਰੇਟਰ ਚੱਕਨੀ ਆਪਾਂ ਨੇ cf ਦੇ ਵਿੱਚ 10 ਛੋਟਾ ਬੇਟਾ ਨੈਕਸਟ ਕੀ ਆ 22 ਇਹ ਗ੍ਰੇਟਰ ਆ 20 ਨਾਲੋਂ ਤਾਂ ਆਪਣੀ ਮੀਡੀਅਨ ਕਲਾਸ ਕੀ ਆ ਗਈ ਬੇਟਾ 90 ਟੂ 94 ਠੀਕ ਹੈ 90 ਟੂ 94 ਕੀ ਆ ਗਿਆ ਆਪਣੀ ਕੋ ਮੀਡੀਅਨ ਕਲਾਸ ਮੱਧਿਕਾ ਵਰਕ ਇਹਦੀ ਲੋਅਰ ਲਿਮਿਟ ਹੇਠਲੀ ਸੀਮਾ ਕਿੰਨੀ ਆਪਣੇ ਕੋਲ 90 ਤੇ ਉੱਪਰਲੀ ਸੀਮਾ ਕਿੰਨੀ ਆਪਣੇ ਕੋਲ 94 ਆਪਾਂ ਨੂੰ ਹੇਠਲੀ ਸੀਮਾ ਪੁੱਛਿਆ ਤਾਂ ਕਿਹੜਾ ਆਨਸਰ ਆ ਗਿਆ ਆਪਣੇ ਕੋਲ ਫਸਟ 90 ਨੈਕਸਟ ਦੇਖੋ 12 ਨਿਰੀਖਣਾਂ ਦਾ ਮੱਧਮਾਨ 7.5 ਹੈ ਅਰਿਥਮੈਟਿਕ ਮੀਨ ਆਫ 12 ਆਬਜ਼ਰਵੇਸ਼ਨਸ ਇਜ਼ 7.5 ਇਹਨਾਂ ਵਿੱਚੋਂ 7 ਨਿਰੀਖਣਾਂ ਦਾ ਮੱਧਮਾਨ 6.5 ਹੈ arithmetic mean of seven of these observations is 6.5 बाकी ਨਿਰਿਖਣਾਂ ਦਾ ਮੱਧਮਾਨ ਪਤਾ ਕਰਨਾ ਆਪਾਂ ਨੇ ਠੀਕ ਹੈ ਦੇਖੋ 12 ਬ ਦਿੱਤਾ ਹੋਇਆ 7 ਦਾ ਦਿੱਤਾ ਹੋਇਆ 12 7 5 ਮਾਈਨਸ ਕਰਕੇ ਆਪਣੇ ਬਾਕੀ ਦੇ 5 ਨਿਰਿਖਣ ਨੇ অবজারਵੇਸ਼ਨਸ ਨੇ ਉਹਦਾ ਮੀਨ ਫਾਈਂਡ ਆਊਟ ਕਰਨਾ ਆ ਪਹਿਲਾਂ ਆਪਾਂ ਨੂੰ ਉਹਦਾ ਬੈਟਾ ਸੰਪਤ ਆਉਣਾ ਚਾਹੀਦਾ ਆ ਦੇਖੋ ਆਪਣੇ ਕੋਲ ਮੀਨ ਦਾ ਫਾਰਮੂਲਾ ਕੀ ਹੁੰਦਾ x ਬਾਰ समीशन एक्स अंकड़ों का जोड़ बटा अंकड़िया गिनती बाय एन समबजरवेशन बाय टोटल नंबर ऑफ ऑबजरवेशन मीन किता है पहला सैवन पॉइंट फाइव आप आपड़ क्डा बेटा सम समीशन एक्स फाइंड आउट करा एन कि अपने को ट्वेल्व ठीक है समीशन एक्स बारह अंकड़ों का जोड़ कि बन गया सैवन पॉइंट फाइव इंटू टवैल्व ठीक है ਮਲਟੀਪਲਾਈ ਕਰਕੇ ਕਿੰਨਾ ਆ ਗਿਆ 90.0 ਹੁਣ ਆਪਾਂ ਨੈਕਸਟ ਦੇਖੋ ਨੈਕਸਟ 7 ਦਾ ਆ ਹੁਣ ਦੇਖੋ ਸੱਤ ਅੰਕੜਾ ਮੱਧਮਾਨ ਮੀਨ ਕਿੰਨਾ ਆਪਣੇ ਕੋਲ 6.5 ਇਹਦਾ ਜੋੜ ਆਪਾਂ ਕੈਕਕੂਲੇਟ ਕਰ ਲਾਂਗੇ ਠੀਕ ਹੈ ਕਿੰਨੇ ਨੇ ਇਹ 7 ਸੱਤ ਅੰਕੜਾ ਦਾ ਜੋੜ ਕਿੰਨਾ ਆ ਗਿਆ ਸਮਿਸ਼ਨ x 6.5 7 ਇਹਨੂੰ ਮਲਟੀਪਲਾਈ ਕਰੋ ਕਿੰਨਾ ਆ ਗਿਆ 45.5 ਠੀਕ ਹੈ ਹੁਣ ਬਾਕੀ ਦੇ ਅੰਕੜੇ ਬਚ ਕੇ ਆਪਣੇ ਕੋਲ 5 ਪੰਜ ਦਾ ਜੋੜ ਕਿੰਨਾ ਬਣੂਗਾ ਸਮਿਸ਼ਨ ਐਕਸ ਜਿੰਨਾ 12 ਅੰਕੜਿਆਂ ਦਾ ਜੋੜ ਸੀਗਾ 90.0 ਉਹਦੇ ਵਿੱਚ ਮਾਈਨਸ ਕਰ ਦੋ ਜਿੰਨੇ 6 ਅੰਕੜਾ 7 ਅੰਕੜਿਆਂ ਦਾ ਜੋੜ ਸੀ ਕਿੰਨਾ ਸੀਗਾ ਉਹ 45.5 ਇਹਨੂੰ ਮਾਈਨਸ ਕਰਕੇ ਕਿੰਨਾ ਆ ਗਿਆ ਆਪਣੇ ਕੋਲ 44.5 ਇਹ ਆ ਗਿਆ ਆਪਣੇ ਕੋਲ ਪੰਜ ਅੰਕੜਿਆਂ ਦਾ ਜੋੜ ਆਪਾਂ ਨੇ ਪੰਜ ਅੰਕੜਿਆਂ ਦਾ ਕੀ ਕਰਨਾ ਆ ਮੀਨ ਫਾਈਂਡ ਆਊਟ ਕਰਨਾ ਜੋੜ ਕਿੰਨਾ ਆਇਆ 45.5 ਅੰਕੜੇ ਕਿੰਨੇ ਨੇ ਆਪਣੇ ਕੋਲ 5 ਠੀਕ ਹੈ ਇਹਨੂੰ ਡਿਵਾਈਡ ਕਰ ਦਿਓ ਕਿੰਨਾ ਆ ਗਿਆ ਆਪਣੇ ਕੋਲ 8.9 ਇਹਦਾ ਮਤਲਬ ਬਾਕੀ ਜਿਹੜੇ ਬਚ ਗਏ ਪੰਜ ਅੰਕੜੇ ਸੀਗੇ ਉਹਨਾਂ ਜੋੜ ਕਿੰਨਾ ਆ ਗਿਆ ਮੀਨ ਕਿੰਨਾ ਆ ਗਿਆ ਮੀਨ ਕਿੰਨਾ ਆ ਗਿਆ ਆਪਣੇ ਕੋਲ 8.9 ਦੇਖੋ ਆਪਸ਼ਨ ਚ ਕਿਹੜਾ ਆਨਸਰ ਆਪਣਾ ਹੈ 3rd ਨੈਕਸ ਦੇਖੋ ਇੱਕ ਥੈਲੇ ਵਿੱਚ 6 ਬੰਟੇ ਹਨ ਜਿਨ੍ਹਾਂ ਵਿੱਚ ਹਰੇਕ ਉੱਤੇ 1 ਤੋਂ 6 ਨੰਬਰ ਅੰਕਿਤ ਹਨ ਅਚਾਨਕ ਇੱਕ ਬੰਟਾ ਕੱਢਣ ਤੇ ਨੰਬਰ 2 ਦਾ ਬੰਟਾ ਆਉਣ ਦੀ ਸੰਭਾਵਨਾ ਕੀ ਹੈ देयर आर 6 ਮਾਰਬल्स ਇਨ a ਬਾਕਸ ਦੇਖੋ ਟੋਟਲ ਕਿੰਨੇ ਮਾਰਬਲ ਨੇ ਬਾਕਸ ਦੇ ਵਿੱਚ 6 ਮਾਰਬਲ ਨੇ ਠੀਕ ਹੈ ਵਿਦ ਨੰਬਰਸ 1 ਟੂ 6 ਮਾਰਕਡ ਔਨ ਈਚ ਆਫ 뎀 ਔਨ ਡਰਾਇੰਗ a ਮਾਰਬਲ randomly what is the probability of getting a marble with number 2 dekho har ik number wala ik marble aa ik banta aa theek hai hun oh bante kinne ne jide upar number 2 likhya hoya hai one number 2 wale da one hi ne ta probability da key formula hunda anukul parnaman di ginti favorable outcomes kinne ne apne kol one buta total number of outcomes kul parnam kinne ne apne kol six तो प्रॉबर्टी कि आ गई अपने को वन बाय सिक्स नैक्सट है ए बैग कंटेन सैवन रैड बॉल्स टू यैलो बॉल्स एक थैले मतलब बैग के चार लाल गेंदा ने दो पीलिया गेंदा ने फिर टोटल कि बन गई है फोर प्लस टू कि बन गई सिक्स ए बॉल इज़ ड्रॉड फ्रॉम द बैग विदाउट लुकिंग इन टू द बैग एक बॉल बहर कई है वट इज़ द प्रॉबी ऑफ गैटिंग ए रैड बॉल ਲਾਲ ਗੈਂਦ ਪ੍ਰਾਪਤ ਕਰਨ ਦੀ ਸੰਭਾਵਨਾ ਆਪਾਂ ਨੇ ਫਾਈਂਡ ਆਊਟ ਕਰਨੀ ਹੈ ਸੇਮ ਉਹੀ ਪ੍ਰੋਬੈਬਿਲਟੀ ਦਾ ਫਾਰਮੂਲਾ ਕੀ ਹੁੰਦਾ ਅਨੁਕੂਲ ਪਨਾਮਾ ਦੀ ਗਿਣਤੀ ਮੀਨਸ ਰੈੱਡ ਰੈੱਡ ਕਿੰਨੇ ਨੇ ਆਪਣੇ ਕੋਲ 4 ਬਟਾ ਟੋਟਲ ਟੋਟਲ ਕਿੰਨੇ ਨੇ ਆਪਣੇ ਕੋਲ 6 ਇਹਨੂੰ ਕੈਨਸਲ ਆਊਟ ਕਰ ਦੋ 2 ਦੇ ਟੇਬਲ ਤੇ ਕਿੰਨੀ ਆ ਗਈ ਪ੍ਰੋਬੈਬਿਲਟੀ ਆਪਣੇ ਕੋਲ 2/3 ਸੈਕਿੰਡ ਆਪਸ਼ਨ ਨੈਕਸਟ ਦੇਖੋ ਇੱਕ ਗੈਰ ਸਿਫਰ ਪਰਮੇ ਅਤੇ ਇੱਕ ਅਪਰਮੇ ਸੰਖਿਆਵਾਂ ਦਾ ਗੁਣਨਫਲ ਡਾਪਟ ਆਫ ਨੋਨ ਜ਼ੀਰੋ ਰੈਸ਼ੀਨਲ ਨੰਬਰ ਠੀਕ ਹੈ ਰੈਸ਼ੀਨਲ ਮੀਨ ਜਿਵੇਂ 3/2 ਵੀ ਰੈਸ਼ੀਨਲ ਹੈ ਬੇਟਾ ਐਂਡ ਐਨ ਇਰੈਸ਼ੀਨਲ ਨੰਬਰ ਜਿਵੇਂ √3 ਲੈ ਲਓ ਠੀਕ ਹੈ ਉਹਨਾਂ ਦਾ ਪ੍ਰੋਡਕਟ ਕੀ ਹੁੰਦਾ ਹਮੇਸ਼ਾ ਆਪਣੇ ਕੋਲ ਬੇਟਾ ਜੀ ਅਪਰਮੀ ਇਰੈਸ਼ੀਨਲ ਨੈਕਸਟ ਦੇਖੋ ਪੂਜਾ 12 ਸੈਂਟੀਮੀਟਰ ਵਾਲੇ ਘਣ ਨੂੰ 2 ਸੈਂਟੀਮੀਟਰ ਵਾਲੇ ਛੋਟੇ ਘਣਾਂ ਵਿੱਚ ਕੱਟਿਆ ਹੋਇਆ ਹੈ ਇਸ ਤਰ੍ਹਾਂ ਦੇ ਬਨੇ ਛੋਟੇ ਘਣਾਂ ਦੀ ਗਿਣਤੀ ਹੋਵੇਗੀ ਦਿੱ ਕੋ ਸੇ ਮੋਂ ਹੀ ਨੰਬਰ ਆਫ ਕਯੂਬ ਆਪਾਂ ਨੇ ਫਾਈਂਡ ਆਊਟ ਕਰਨੇ ਆ ਤਾਂ ਦੋਨੋਂ ਦੇ ਵੋਲੀਅਮ ਨੂੰ ਕੀ ਕਰਾਂਗੇ ਆਪਾਂ ਡਿਵਾਈਡ ਠੀਕ ਹੈ ਨੰਬਰ ਆਫ ਕਯੂਬਸ ਵੋਲੀਅਮ ਆਫ 빅 ਕਯੂਬ ਵੱਡੇ ਜਿਹੜਾ ਘਾਣਾ ਉਹਦਾ ਆਇਤਨ ਕੀ ਫਾਰਮੂਲਾ ਹੁੰਦਾ ਬੇਟਾ ਘਣ ਦੇ ਆਇਤਨ ਦਾ ਪੂਜਾ ਦੀ ਤਿੰਨ ਸਾਈਡ ਦਾ ਕਯੂਬ ਠੀਕ ਹੈ ਸਾਈਡ ਦਾ ਕਯੂਬ ਸਾਈਨ ਨੂੰ 3 ਵਾਰ ਮਲਟੀਪਲਾਈ ਕਰਾਂਗੇ 12 ਸੈਂਟੀਮੀਟਰ ਹੈ ਨਾ ਸਾਈਡ ਦਾ ਵੋਲੀਅਮ ਕਿੰਨਾ ਬਣ ਗਿਆ 12 into 12 into 12 छोटे कम की भूजा कि अपने को सेंटीमीटर साइड टू सेंटीमीटर है तो वॉल्यूम कि बन गया टू इंटू टू इंटू टू यू कैंसल आउट कर दो टू सिक्स या ट्वेल्व अपने को आंसर आ गया सिक्स इंटू सिक्स इंटू सिक्स कि आ गया टू हंड्रड सिक्सटी कलियर हो गया देखो नंबर ऑफ समॉल क्यूब्स किने बन गए टू हंड्रड सिक्सटीन आंसर आ गया अपना सैकेंड 80 ਸੰਖਿਆਵਾਂ ਦਾ ਮੱਧਮਾਨ 45 ਲੱਭਿਆ ਗਿਆ ਸੀ ਦਾ ਮੀਨ ਆਫ 18 ਨੰਬਰਸ ਇਜ਼ ਫਾਊਂਡ ਟੂ ਬੀ 45 ਬਟ ਲੇਟਰ ਔਨ ਇਟ ਵਾਸ ਫਾਊਂਡ ਕਿ ਨੰਬਰ 230 ਇਜ਼ ਮਿਸ ਰੀਡ ਐਸ 70 ਪਰ ਬਾਅਦ ਵਿੱਚ ਇਹ ਦੇਖਿਆ ਗਿਆ ਕਿ ਇੱਕ ਸੰਖਿਆ 230 ਨੂੰ ਗਲਤੀ ਨਾਲ 70 ਲੈ ਗਿਆ ਸੀ ਲੈ ਲਿਆ ਗਿਆ ਸੀ ਫਾਈਂਡ ਦਾ ਐਕਚੁਅਲ ਮੀਨ ਸਹੀ ਮੱਧਮਾਨ ਆਪਾਂ ਨੇ ਫਾਈਂਡ ਆਊਟ ਕਰਨਾ ਆ ਤਾਂ ਬੇਟਾ ਆਪਾਂ ਪਹਿਲਾਂ ਮੀਨ ਦਿੱਤਾ ਹੋਇਆ ਜਿਹੜਾ ਠੀਕ ਹੈ ਉਹਦੇ ਵਿੱਚੋਂ ਆਪਾਂ ਕੋਰੈਕਟ ਸਮ ਗੱਡਾਂਗੇ ਪਹਿਲਾਂ ਇਨਕੋਰੈਕਟ ਨਿਕਲੂਗਾ ਫੇਰ ਕੋਰੈਕਟ ਦੇਖੋ ਕਿਵੇਂ ਕਰਦੇ ਆ ਆਪਾਂ ਆਪਣੇ ਕੋਲ ਮੀਨ ਦਾ ਫਾਰਮੂਲਾ ਕੀ ਹੁੰਦਾ ਸਮਿਸ਼ਨ ਐਕਸ ਅੰਕੜਿਆਂ ਦਾ ਜੋੜ ਵਟਾ ਅੰਕੜਿਆਂ ਦੀ ਗਿਣਤੀ ਦੇਖੋ ਮੀਨ ਕਿੰਨਾ ਆਪਣੇ ਕੋਲ 45 ਮੱਧਮਾਨ ਸਮਿਸ਼ਨ ਐਕਸ ਅੰਕੜਾ ਜੋੜ ਆਪਾਂ ਕੱਢਾਂਗੇ ਕਿੰਨੇ ਨੇ ਆਪਣੇ ਕੋਲ 80 ਤਾਂ ਸਮਿਸ਼ਨ ਐਕਸ ਕਿੰਨਾ ਆ ਗਿਆ 15 ਇੰਟੂ 80 ਇਹਨੂੰ ਮਲਟੀਪਲਾਈ ਕਰੋ ਸੌਰੀ ਬੇਟਾ 15 ਇੰਗਲਿਸ਼ ਮੀਡੀਅਮ ਦੇ ਵਿੱਚ 45 ਲਿਖਿਆ ਹੋਇਆ ਹੁਣ ਪੰਜਾਬੀ ਮੀਡੀਅਮ ਦੇ ਵਿੱਚ ਦੇਖੋ ਬੜਾ 45 ਸੀ ਮੈਂ ਗਲਤੀ ਨਾਲ ਲੈ ਗਈ ਇੱਥੇ 45 ਲਾ ਲੂ ਠੀਕ ਹੈ 45 80 ਕਿੰਨਾ ਬਣ ਗਿਆ ਆਪਣੇ ਕੋਲ ਇਹ 3600 ਠੀਕ ਹੈ ਮੀਨ ਆਪਣੇ ਕੋਲ 45 ਸੀਗਾ ਉਸ ਤੋਂ ਬਾਅਦ ਦੇਖੋ ਲੇਟਰ ਔਨ ਇਟ ਵਾਸ ਫਾਊਂਡ ਦ ਨੰਬਰ 230 ਇਜ਼ ਮਿਸ ਰੀਡ ਐਸ 70 ਜੇ ਨੰਬਰ ਆ ਗਲਤੀ ਨਾਲ ਲਿਖਣਾ ਕਿੰਨਾ ਸੀਗਾ 230 ਲਿਖਿਆ ਕੀ ਗਿਆ 70 ਠੀਕ ਹੈ ਤਾਂ கரੈਕਟ ਕਿੰਨਾ ਬਣੂਗਾ கரੈਕਟ ਜੋੜ ਠੀਕ ਹੈ ਜਿਹੜਾ ਕਰੈਕਟ ਕੀ ਕਰਾਂਗੇ ਜਿਹੜਾ ਇਨਕਰੈਕਟ ਉਹਦੇ ਵਿੱਚੋਂ ਆਪਾਂ 230 ਕੀ ਕਰ ਦਾਂਗੇ ਐਡ 70 ਗਲਤ ਨਾ ਲਿਖਿਆ ਗਿਆ ਸੀ ਉਹ ਕਰ ਦਾਂਗੇ ਮਾਈਨਸ ਠੀਕ ਹੈ 230 ਜੋੜ ਕੇ 70 ਮਾਈਨਸ ਕਰਕੇ ਬੇਟਾ ਆਪਣਾ ਆਨਸਰ ਆ ਜਾਊਗਾ 3760 ਹੁਣ ਆਪਾਂ ਕ੍ਰੈਕਟ ਮੀਨ ਗੱਡਾਂਗੇ ਠੀਕ ਹੈ ਸਮਿਸ਼ਨ ਐਕਸ ਕ੍ਰੈਕਟ ਜੋੜ ਕਿੰਨਾ ਬਣ ਗਿਆ 3760 ਡਿਵਾਈਡਡ ਬਾਈ ਐਨ ਐਨ ਕਿੰਨੇ ਆਪਣੇ ਕੋਲ 80 ਜ਼ੀਰੋ ਨਾਲ ਜ਼ੀਰੋ ਕੈਨਸਲ ਆਊਟ ਹੋ ਗਈ ਇਹਨੂੰ ਡਿਵਾਈਡ ਕਰੋ ਕਿੰਨਾ ਆਨਸਰ ਆ ਗਿਆ ਆਪਣੇ ਕੋਲ 47 ਸਹੀ ਮੀਨ ਕਿੰਨਾ ਆ ਗਿਆ ਆਪਣੇ ਕੋਲ 47 ਫਸਟ ਆਪਸ਼ਨ ਠੀਕ ਹੈ ਨੈਕਸਟ ਦੇਖੋ ਜੇਕਰ ਕਿਸੇ ਏਪੀ ਵਿੱਚ ਨਵਾਂ ਪਦ 4n+3 ਹੈ इफ एनथ टर्म ऑफ एन ए पी इज फोर एन प्लस थ्री एन्थ टर्म इन ए एन कि अपने को फोर एन प्लस थ्री साझा त अंतर अपने फाइंड आउट करना या कॉमन डिफरेंस अपने क्डना दो टर्मा बेटा लगातार क्ड लो ए वन फस्ट टर्म फोर इंटू वन जिथे एन ने वन पुट करता प्लस थ्री फोर प्लस थ्री कि बन गया अपने को सैवन सैकेंड टर्म को फोर इन टू प्लस थ्री एट प्लस थ्री किनिया आ गया अपने कोलैवन सांझा अंतर कॉमन डिफरेंस डी की फॉर्मूला आंता ए टू माइनस ए वन ए टू कि अपने कोलैवन ए वन कि अपने को सैवन एनू माइनस कर दो बेटा देखो कि आ गया फोर तो अपना कॉमन डिफरेंस कि आ गया सांझा अंतर कि आ गया, 4. क्लियर गया बेटा? बेटा फोर क्लीयर हो गए बेटा थैंक्स बेटा फॉर वाचिंग दिस वीडियो